ਤਤਿਸ਼ਰੀ ਗੱਲ ਦੀ ਸਾਰਿਆਂ ਨੂੰ ਤੇ ਜਨਰਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਗੱਲ ਕਰਦੇ ਹਾਂ ਅੱਜ 28 ਜੁਲਾਈ ਰਾਤ ਦੇ ਮੌਸਮ ਦੀ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਪੰਜਾਬ ਦੇ ਮੌਸਮ ਵਿੱਚ ਕੀ ਹਲਚਲ ਹੋਵੇਗੀ। ਅੱਜ ਰਾਤ ਕਿਹੜੇ ਇਲਾਕਿਆਂ ਵਿੱਚ ਮੀਂਹ ਦੇ ਅਸਰ ਹੋਣਗੇ। ਸੋ ਜਿਵੇਂ ਕਿ ਆਪਾਂ ਦੇਖਿਆ ਕਿ ਕੱਲ ਅੱਧੀ ਰਾਤ ਤੋਂ ਲਗਭਗ ਪੰਜਾਬ ਦੇ ਵਿੱਚ ਅੱਧੀ ਰਾਤ ਤੋਂ ਪਹਿਲਾਂ ਹੀ ਬਰਸਾਤ ਸ਼ੁਰੂ ਹੋ ਗਈ ਸੀ ਜਿਹੜੀ ਕਿ ਹਾਲੇ ਤੱਕ ਰੁਕ ਰੁਕ ਕੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਾਰੀ ਹੈ। ਸੋ ਜਿਸ ਕਰਕੇ ਕਈ ਇਲਾਕਿਆਂ ਵਿੱਚ ਜ਼ਿਆਦਾ ਮੀਂਹ ਪੈਣ ਕਰਕੇ ਜਿਹੜਾ ਸੜਕਾਂ ਦੇ ਉੱਪਰ ਦੀ ਪਾਣੀ ਚੱਲਣ ਜਾਂ ਫਿਰ ਕਿਹਦੀ ਨੀਵੇਂ ਇਲਾਕਿਆਂ ਵਿੱਚ ਪਾਣੀ ਜਮਾ ਹੋਣ ਕਰਕੇ ਕਈ ਪ੍ਰਕਾਰ ਦੀਆਂ ਨੀਆਂ ਪਰੇਸ਼ਾਨੀਆਂ ਵੀ ਕੁਝ ਇਲਾਕਿਆਂ ਵਿੱਚ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਨਾਲ ਹੀ ਕਈ ਇਲਾਕੇ ਹਾਲੇ ਪੰਜਾਬ ਦੇ ਜਿਹੇ ਵੀ ਨੇ 10 ਤੋਂ 15% ਜਿਨ੍ਹਾਂ ਦੇ ਵਿੱਚ ਮੀਂਹ ਨਹੀਂ ਪਿਆ ਜਾਂ ਫਿਰ ਬੂੰਦਾਬاندی ਹੀ ਹੋਈ ਹੈ ਤੇ ਹੁਣ ਗੱਲ ਕਰਦੇ ਆ ਅੱਜ ਰਾਤ ਦੀ ਅੱਜ ਰਾ ਤਾਂ ਪਹਿਲਾਂ ਦੇਰ ਸ਼ਾਮ ਦੇ ਕਰੀਬ ਪੰਜਾਬ ਦੇ ਇਲਾਕੇ ਜਿਵੇਂ ਅੰਮ੍ਰਿਤਸਰ ਹੋ ਗਿਆ ਸਰਹੱਦੀ ਇਲਾਕੇ ਤੇ ਨਾਲ ਕੁਝ ਹੋਣਗੇ ਜਿਵੇਂ ਫਿਰੋਜ਼ਪੁਰ ਦੇ ਭਾਗ ਜਿਹੜੇ ਖਾਸ ਤੌਰ ਤੇ ਜਿਹੜੇ ਪੱਛਮੀ ਸਰਹੱਦੀ ਖੇਤਰ ਪੈਂਦੇ ਨੇ ਤਾਂ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਭਾਗਾਂ ਦੇ ਵਿੱਚ ਆਪਾਂ ਨੂੰ ਢਾ ਹਲਕਾ ਦਰਮਿਆਨਾ ਵੀ ਦੇਖਣ ਨੂੰ ਪਿਲੂਗਾ ਥੋੜਾ ਜਿਆਣੀ ਦਰਮਿਆਨੇ ਰੂਪ ਦੀ ਬਰਸਾਤ ਇਨ੍ਹਾਂ ਇਲਾਕਿਆਂ ਵਿੱਚ ਹੋ ਸਕਦੀ ਹੈ ਤੇ ਉਸ ਤੋਂ ਬਿਨਾਂ ਬਾਕੀ ਪੰਜਾਬ ਦੇ ਲਗਭਗ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜਿਹੜੀ ਬੱਦਲਵਾਈ ਦੇਖਣ ਨੂੰ ਮਿਲੂਗੀ ਪੰਜਾਬ ਦੇ ਜਿਹੜੇ ਕੁਝ ਦੱਖਣ ਪੱਛਮੀ ਇਲਾਕੇ ਹੋਣਗੇ ਉਹਨਾਂ ਇਲਾਕਿਆਂ ਦੇ ਵਿੱਚ ਬੱਦਲਵਾਈ ਥੋੜੀ ਜਹੀ ਘੱਟ ਰਹੇ ਉਹ ਸੰਘਣੇ ਰੂਪ ਵਿੱਚ ਦੇਖਣ ਨੂੰ ਮਿਲੂਗੀ ਦਰਮਿਆਨਿਆਂ ਤੋਂ ਲੈ ਕੇ ਸੰਘਣੀ ਤੇ ਜਿਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਬੂੰਦਾਬੰਦੀ ਦਾ ਮਾਹੌਲ ਹੈ ਉਹ ਇਸੇ ਤਰ੍ਹਾਂ ਰੁਕ ਰੁਕ ਕੇ ਕਈ ਹਿੱਸਿਆਂ ਵਿੱਚ ਜਾਰੀ ਰਹੇਗਾ ਅੱਧੀ ਰਾਤ ਦੇ ਕਰੀਬ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਆਪਾਂ ਨੂੰ ਥੋੜਾ ਜਿਹਾ ਮੀਂਹ ਦੇ ਜਿਹੜੇ ਹਾਲਾਤ ਵਾਧੇ ਨਜ਼ਰ ਆ ਸਕਦੇ ਨੇ ਦੇਖਣ ਨੂੰ ਜੇਕਰ ਇਲਾਕਿਆਂ ਦੀ ਗੱਲ ਕਰੀਏ ਤਾਂ ਅਮਰਸਰ ਤੋਂ ਲੈ ਕੇ ਗੁਰਦਾਸਪੁਰ ਨਾਲ ਲੱਗਦੇ ਤਰਨਤਾਰਨ ਸਾਹਿਬ ਦੇ ਇਲਾਕੇ ਫਿਰੋਜ਼ਪੁਰ ਹੋਊਗਾ ਮੋਗੇ ਜ਼ਿਲ੍ਹੇ ਦੇ ਕਈ ਭਾਗ ਲੁਧਿਆਣੇ ਦੇ ਇਸ ਤੋਂ ਇਲਾਵਾ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਐਸਬੀਐਸ ਨਗਰ ਨਮਾ ਸ਼ਹਿਰ ਤੋਂ ਲੈ ਕੇ ਪਟਿਆਲਾ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਬਲਦੇ ਪੂਰਬੀ ਇਲਾਕੇ ਹੋਣਗੇ ਤਾਂ ਇਹਨਾਂ ਸਾਰੇ ਹੀ ਇਲਾਕਿਆਂ ਦੇ ਵਿੱਚ ਨਾਲ ਮਲੇਰਕੋਟਲਾ ਧੂਰੀ ਸੰਗਰੂਰ ਦੇ ਲੱਗੇ ਸੋ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਕਈ ਹਿੱਸਿਆਂ ਦੇ ਵਿੱਚ ਆਪਾਂ ਨੂੰ ਅੱਜ ਰਾਤ ਦੇ ਸਮੇਂ ਬਰਸਾਤ ਅੜੀ ਹਲਕੇ ਦਰਮਿਆਨੇ ਰੂਪ ਤੱਕ ਦੇਖਣ ਨੂੰ ਮਿਲਦੀ ਰਹੇਗੀ ਰੋਕ ਰਾਤ ਦੇ ਕਰੀਬ ਕਈ ਹਿੱਸਿਆਂ ਦੇ ਵਿੱਚ ਅੱਧੀ ਰਾਤ ਤੋਂ ਤੜਕੇ ਸਮੇਂ ਤੱਕ ਚੰਗੀ ਬਰਸਾਤ ਯਾਨੀ ਕਿ ਦਰਮਿਆਨੇ ਰੂਪ ਤੱਕ ਦੇ ਤੇਜ਼ ਮੀਂਹ ਦੇ ਸਪੈਲ ਵੀ ਇੱਕ ਦੋ ਲੱਗ ਸਕਦੇ ਨੇ ਤੇ ਜੇਕਰ ਦੱਖਣ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਜੇ ਫਾਜ਼ਲਗਾ ਹੋ ਗਿਆ ਮੁਕਸਰ ਹੋ ਗਿਆ ਕੁਝ ਭਾਗ ਹੋ ਗਏ ਬਠਿੰਡੇ ਦੇ ਨਾਲ ਲੱਗਦੇ ਫਰੀਦਕੋਟ ਦੇ ਭਾਗ ਤਾਂ ਇਨ੍ਹਾਂ ਹਿੱਸਿਆਂ ਦੇ ਵਿੱਚ ਮੀਂਹ ਦੇ ਅਸਰ ਥੋੜੇ ਜਿਹੇ ਘੱਟ ਬਣਦੇ ਨਜ਼ਰ ਆ ਰਹੇ ਨੇ ਪਰ ਥੋੜੀ ਬਹੁਤ ਜਿਹੜੀ ਹਲਕੀ ਫੁਲਕੀ ਬੂੰਦਾਬੰਦੀ ਜਾਂ ਹਲਕੀਆਂ ਮੀਂਹ ਦੀਆਂ ਬੁਸ਼ਾਰਾ ਆਪਾਂ ਨੂੰ ਅੱਜ ਰਾਤ ਤੋਂ ਲੈ ਕੇ ਕੱਲ ਸਵੇਰ ਸਮੇਂ ਤੱਕ ਟੁੱਟਵੇਂ ਰੂਪ ਵਿੱਚ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਹਿੱਸੇ ਕੇਵਲ ਬੂੰਦਾਬੰਦੀ ਤੱਕ ਸੀਮਿਤ ਰਹਿ ਸਕਦੇ ਨੇ ਤੇ ਨਾਲ ਹੀ ਇਹ ਕਿਹੜਾ ਛੋਟਾ ਜਿਹਾ ਬੱਦਲੀ ਸਿਸਟਮ ਹੈ ਇਸ ਦੱਖਣ ਪੱਛਮੀ ਇਲਾਕੇ ਵਿੱਚ ਬਣ ਜਿਹੜੇ ਅਸਾਰ ਬਣਦੇ ਥੋੜੇ ਜਿੇ ਨਜ਼ਰ ਆ ਰਹੇ ਨੇ ਤਾਂ ਜੇਕਰ ਇਹ ਬੱਦਲੀ ਸਿਸਟਮ ਜਿਹੜਾ ਚੰਗੀ ਤਰ੍ਹਾਂ ਵਿਕਸਿਤ ਹੋ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਈ ਭਾਗਾਂ ਦੇ ਵਿੱਚ ਚੰਗਾ ਮੀਂਹ ਦਾ ਸਪੈਲੜਾ ਕੁਝ ਸਮੇਂ ਲਈ ਉਹ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਬਾਕੀ ਪੰਜਾਬ ਦੇ ਵਿੱਚ ਜਿਹੜਾ ਬੱਦਲਵਾਈ ਦਾ ਦੌਰ ਰਾਤ ਦੇ ਸਮੇਂ ਜਾਰੀ ਰਹੇਗਾ ਹਲਕੇ-ਫੁਲਕੇ ਮੀਂਹ ਦੇ ਬੁਸ਼ਾਰਾ ਪੈਂਦੀਆਂ ਰਹਿਣਗੀਆਂ ਤੇ ਉਸ ਤੋਂ ਬਾਅਦ ਜਿਹੜੀ ਕੱਲ ਸਵੇਰ ਦੀ ਅਪਡੇਟ ਹੋਵੇਗੀ ਆਪਾਂ ਕੱਲ ਦੀ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਸੋ ਉ